ਬਾਹਰ ਤੇ ਯਾਰ ਕੈਰ ਦੀ ਗਰਮੀ ਬਰਸ ਰਹੀ ਹੈ ਗਾਈਸ, ਅੰਦਰ ਹੀ ਰਹੋ, ਬਾਹਰ ਨਾ ਨਿਕਲਿਓ ਘਰੋਂ ਬਾਹਰ, ਕਸਮ ਸੇ ਝੁਲਸ ਜਾਓਗੇ, ਇੰਨੀ ਜ਼ਿਆਦਾ ਗਰਮੀ ਹੋ ਰਹੀ ਹੈ। ਗੁੱਡ ਆਫਟਰਨੂਨ, ਕਿੱਦਾਂ ਤੁਸੀਂ ਸਾਰੇ, ਵੈਲਕਮ ਟੂ ਟੂਡੇਜ਼ ਵਲੌਗ, ਸਵਾਗਤ ਹੈ ਤੁਹਾਡਾ ਸਭ ਦਾ। ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ, ਕੈਂਟ ਹੋਗੇ। ਅਤੇ ਯਾਰ ਮੋਰਨਿੰਗ ਥੋੜ੍ਹੀ ਲੇਟ ਹੋਈ ਸੀ ਅਤੇ ਫਿਰ ਅਗਲੇ ਕੰਮ ਵੀ ਡਿਲੇ 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 ਹੋ ਗਏ ਅਤੇ ਟਾਈਮ ਹੋ ਗਿਆ ਹੈ 1:45। ਇਸੇ ਹੋਲੀਏ 'ਤੇ ਮਿਲੀ ਸਾਂ ਕਿਉਂਕਿ ਕੱਲ੍ਹ ਮੈਂ ਥੋੜ੍ਹਾ ਜਿਹਾ ਛਿੜਕ ਦਿੱਤਾ ਸੀ ਪਾਣੀ, ਬਟ ਮੈਂ ਕਿਹਾ ਯਾਰ ਇੰਨੀ ਜ਼ਿਆਦਾ ਇਰੀਟੇਸ਼ਨ ਹੁੰਦੀ ਹੈ ਨਾ ਅੱਜ ਕੱਲ੍ਹ, ਮੈਂ ਕਿਹਾ ਪ੍ਰੋਪਰ ਇੱਕ ਹੈਡ ਵਾਸ਼ ਲਿੱਤਾ ਜਾਏ। ਕੱਲ੍ਹ ਮੈਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਮਸਾਂ ਬ੍ਰੇਕਫਾਸਟ ਕੀਤੀ ਸੀ ਹੁਣ ਲੰਚ ਦਾ ਟਾਈਮ ਆ ਗਿਆ ਯਾਰ, ਟਾਈਮ ਦਾ ਪਤਾ ਹੀ ਨਹੀਂ ਚੱਲਿਆ 2 ਘੰਟੇ ਕਿਸ ਤਰ੍ਹਾਂ ਚੱਲੇ ਗਏ। ਅਤੇ ਅੱਜ ਦਾ ਕੁਝ ਸਪੈਸੀਫਿਕ ਪਰਟੀਕੁਲਰ ਤਾਂ ਨਹੀਂ ਹੈ, ਜਿਸ ਤਰ੍ਹਾਂ ਦਿਨ ਨਿਕਲਦਾ ਜਾਏਗਾ ਤੁਹਾਨੂੰ ਦੱਸਦੇ ਜਾਣਗੇ। ਦੀਦੀ ਕਿਆ ਹਾਲ ਹੈ? ਬਸ ਠੀਕ ਹੋ। ਸੁਸਤੀ ਕਿਉਂ ਪਾਈ ਦੀ ਹੈ? ਗਰਮੀ ਹੈ, ਕੀ ਕਰੀਏ? ਤੂੰ ਸੁਸਤੀ ਥੋੜ੍ਹੇ ਨਾ ਪਾਣੀ ਹੈ, ਠੰਡਾ ਠੰਡਾ ਸ਼ਰਬਤ ਪੀਓ। ਪੀ ਲਿੱਤਾ ਗਾਈਸ, ਸ਼ਰਬਤ ਅਸੀਂ ਪਹਿਲੀ ਬਣਾ ਲੈਂਦੇ ਹਾਂ, ਪਹਿਲੀ ਪੀ ਲੈਂਦੇ ਹਾਂ ਸਵੇਰੇ ਸਵੇਰੇ। ਹੈ ਦੀਦੀ, ਗੁੰਦ ਕਤੀਰਾ ਪਾ ਕੇ ਪੀਓ, ਠੰਡ ਹੋ ਜਾਂਦਾ ਬੰਦਾ, ਠੰਡ ਪਾ ਠੰਡਾ ਹੋ ਜਾਏਗਾ। ਆਰਸੀ ਦੀਦੀ ਕੀ ਬਣਾ ਰਹੀ ਹੈ ਲੰਚ ਵਿੱਚ ਅੱਜ, ਮੈਨੂੰ ਕੀ ਖਿਲਾਏਂਗੀ? ਅੱਜ ਬਹੁਤ ਵੈਰਾਈਟੀ ਹੈ ਮੇਰੇ ਕੋਲ। ਹਾਂ ਬਹੁਤ ਵੈਰਾਈਟੀ ਹੈ, ਕੀ ਬਾਤ ਹੈ, ਕਿਹੜੀ ਵੈਰਾਈਟੀ ਖਾਂ? ਚਿੱਟੇ ਚਨੇ, ਫਲੀਆਂ, ਆਲੂਆਂ ਔਰ ਭਿੰਡੀ ਹੈ। ਵਾਓ ਦੀਦੀ ਕੀ ਬਾਤ ਹੈ, ਕੋਈ ਵੀ ਖਾ ਸਕਦੀ ਹਾਂ? ਕੋਈ ਵੀ ਖਾ ਸਕਦੀ ਹਾਂ? ਆਪਣੀ ਆਪਣੀ ਚੋਇਸ ਨਾਲ ਰਾਇਤਾ ਤਿਆਰ ਹੈ, ਚਟਨੀ ਤਿਆਰ ਹੈ, ਰਾਇਤਾ ਬਣਾਇਆ ਸੀ ਉਸਨੇ, ਉਸ ਵਕਤ ਮੈਂ ਲੱਸੀ ਦਾ ਗਲਾਸ ਵੀ ਪੀਤਾ, ਉਸਦੀ ਵਜ੍ਹਾ ਨਾਲ ਹੁਣ ਜੋ ਖੁਮਾਰੀ ਚੜ ਰਹੀ ਹੈ ਨਾ, ਪੜ ਰਹੀ ਮੁੜ ਗਈ ਚੜ ਰਹੀ ਹੈ ਨਾ। ਅਰਸ਼ੀ ਤੇ ਫੁੱਲ ਪਲੈਨਿੰਗ ਕਰ ਗਈ ਹੈ ਸੋਣ ਦੀ ਤੇ ਮੈਂ ਵੀ ਲੱਗੀ ਹਾਂ ਸੋਣ, ਅੱਜ ਮੈਂ ਯਾਰ ਸੋਵਾਂਗੀ 1-2 ਘੰਟੇ ਤੇ ਸ਼ਾਮ ਨੂੰ ਤੁਹਾਡੇ ਨਾਲ ਮਿਲਦੇ ਹਾਂ। ਹੈਲੋ ਗਾਈਜ਼, ਗੁੱਡ ਈਵਨਿੰਗ। ਅਤੇ ਯਾਰ ਥੋੜ੍ਹੀ ਦੇਰ ਸੋ ਗਈ ਸੀ, ਅੱਜ ਬੜੇ ਦਿਨਾਂ ਬਾਅਦ ਮੈਨੂੰ 1 ਘੰਟਾ ਇੱਕ ਨੀਂਦ ਪਈ ਸੀ ਐਂਡ ਅੱਖਾਂ ਦੀ ਰੈਸਟ ਹੋ ਗਈ, ਬਟ ਹੁਣ ਉੱਠ ਕੇ ਲੱਗ ਰਹੀ ਹੈ ਬਹੁਤ ਜ਼ਬਰਦਸਤ ਭੁੱਖ। ਟਾਈਮ ਕਿੰਨਾ ਹੋ ਗਿਆ? 6 ਵਜੇ 6 ਵਜੇ ਆਲਮੋਸਟ, ਅਤੇ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਸੀ। ਅਤੇ ਯਾਰ ਜੋ ਅਸੀਂ ਪ੍ਰਣ ਲਿੱਤੇ ਦਾ ਕਿ ਅਸੀਂ ਬਾਹਰ ਦਾ ਨਹੀਂ ਖਾਂਗੇ ਯਾਰ, ਕੀ ਕਰੀਏ, ਚਾਹ ਵੀ ਬਣੀ ਸੀ ਬਟ ਕੁਛ ਹਲਕਾ ਫੁਲਕਾ ਖਾਣ ਦਾ ਮਨ ਕਰ ਰਿਹਾ ਸੀ। ਅਰਸ਼ੀ ਦੀਦੀ ਕੁਛ ਆਰਡਰ ਕਰ ਰਹੀ ਹੈ, ਆਏਗਾ ਤਾਂ ਬਤਾਏਂਗੇ ਕਿ ਆਰਡਰ ਕਰ ਰਹੀ। ਹਾਏ ਅਰਸ਼ੀ ਦੀਦੀ, ਗੁੱਡ ਈਵਨਿੰਗ। ਨੀਂਦ ਖੁੱਲੀ ਕਿ ਨਹੀਂ? ਕਿਉਂ ਬੋਲਿਆ ਸੀ ਫਿਰ ਅਸੀਂ ਬੰਦ ਕਰ? ਹਾਂ ਮੈਨੂੰ ਲੱਗਿਆ ਤੈਨੂੰ ਠੰਡ ਲੱਗਦੀ ਹੋਏਗੀ। ਗਾਈਜ਼ ਮੇਰੀ ਤੇ ਦੀਦੀ ਦੀ ਬੜੀ ਭਿਆਨਕ ਲੜਾਈ ਲੱਗੀ, ਇਹ ਬੋਲਦੀ ਏਸੀ ਬੰਦ ਕਰੋ, ਮੈਂ ਕਿਹਾ ਏਸੀ ਲਗਾਓ, ਕਹਿੰਦੀ ਬੰਦ ਕਰੋ ਲਗਾਓ, ਜਿਹੜੇ ਠੰਡਾ ਹੁੰਦਾ ਉੱਲੇ ਵੀ ਲਗਾਓ। ਪਤਾ ਤੈਨੂੰ ਉਸ ਟਾਈਮ ਉਹਨਾਂ ਦਾ ਕਾਲ ਆਇਆ ਸੀ, ਕਹਿੰਦੇ ਤੁਸੀਂ ਕਿ ਚਿੜੀਆਂ ਦੀ ਤਰ੍ਹਾਂ ਜੀ 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 ਕਰਦੀ ਰਹਿੰਦੀ ਹੋ, ਮੈਂ ਕਿਹਾ ਸਾਡੀ ਲੜਾਈ ਚੱਲ ਰਹੀ ਹੁੰਦੀ, ਏਸੀ ਬੰਦ ਕਰਨਾ ਲਗਾਉਣਾ। ਦੀਦੀ ਕੁਛ ਮੰਗਾਇਆ ਆਪਣੇ ਮੇਰੇ ਲਈ? ਕਿਆ ਕਿਆ ਠੀਕ ਹੈ? ਚਾਏ ਪੀਓਗੀ ਇਤਨੀ ਦੇਰ? ਚਾਏ ਤੂੰ ਬਰਗਰ ਨਾਲ ਚਾਹ ਪੀਏਂਗੀ? ਅਭੀ ਤੂਨੇ ਬਤਾ ਦਿਆ, ਦੇਖ ਮੇਰੀ ਇਹ ਟ੍ਰਿਕ ਥੀ ਕਿ ਮੈਂ ਬਤਾਉਂ ਦੀਦੀ ਕਿਤਨੀ ਬੋਲ ਲਈ ਹੈ ਤੂੰ। ਬਰਗਰ ਗੋਲ ਆਉਂਦਾ ਜਿਸ ਤਰ੍ਹਾਂ ਹੁੰਦਾ, ਲੰਬਾ ਬਰਗਰ ਤੇ ਬਣਾਇਆ ਨੀ ਅੱਜ ਦਿਨ ਤੱਕ ਕਿਸੇ ਨੇ। ਬਰਗਰ ਨਾਲ ਚਾਹ ਪੀਏਂਗੀ? ਹਾਂ, ਕੋਲਡ ਕਾਫੀ ਨਹੀਂ ਪੀਤੀ ਹੈ ਤੂੰ? ਚਾਏ ਮੈਂ ਬਰਫ ਕੋਲਡ ਐਂਡ ਹੌਟ ਮੈਂ ਪਤਾ ਹੈ, ਚਾਏ ਮੈਂ ਬਰਫ ਡਾਲਨੇ ਲੱਗੀ ਹੂੰ। ਸਾਰੇ ਤਿਆਰ ਰਹੋ, ਜਿਸ ਤਰ੍ਹਾਂ ਮੈਂ ਬੋਲਾਂਗੀ ਸਾਰੇ ਆ ਜਾਇਓ, ਠੀਕ ਹੈ? ਪਰ ਸਾਡੇ ਜਿਹੜਾ ਰੈਸਟੋਰੈਂਟ ਹੈ, ਕਹਿੰਦੀ ਪਹਿਲੇ ਦਿਨ ਹੀ ਤਾਲਾ ਲਗਾਈ, ਪਰ ਜਿਹੜਾ ਸਾਡਾ ਰੈਸਟੋਰੈਂਟ ਹੈ ਉਸ ਵਿੱਚ ਬਰਗਰ ਗੋਲ ਨਹੀਂ ਹੋਏਗਾ, ਲੰਬਾ ਬਰਗਰ ਹੋਏਗਾ ਕੁਛ ਅਲੱਗ ਅਲੱਗ। ਨਹੀਂ ਮੈਂ ਸਭ ਕਿਉਂ ਰੱਖਾਂਗੀ, ਮੈਂ ਕੁਛ ਹੋਰ ਲਗਾਂਗੀ, ਉਸਕਾ ਨਾਮ ਰੱਖੂੰਗੀ ਲੰਬੀ ਅਰਸ਼ੀ। ਤੇ ਗਾਈਸ ਦੀਦੀ ਲੈ ਆਈ ਹੈ
ਉਹਨੂੰ ਤੁਹਾਨੂੰ ਅੰਦਰੋਂ ਦੱਸ ਦਿਆਂਗੇ ਸੋ ਤੁਸੀਂ ਕਿ ਬਰਗਰ ਸਿੰਘ ਗਾਇਸ ਬੜੀ ਜਗ੍ਹਾ ਤੋਂ ਖਾ ਕੇ ਦੇਖੇ ਬਟ ਇਨਾ ਜਿੰਨਾ ਜੋ ਫਰੈਸ਼ ਔਰ ਮਤਲਬ ਅੱਛਾ ਹੈ ਦਿੰਦੇ ਨਾ ਔਰ ਜਿੰਨੀ ਲਿਮਿਟਿਡ ਮਤਲਬ ਜਿੰਨੀ ਐਪਟ ਕੁਆਂਟੀਟੀ ਚਾਹੀਦੀ ਹੁੰਦੀ ਹੈ ਨਾ ਇਨਸਾਨ ਨੂੰ ਵਰਥ ਦਾ ਮਨੀ ਵੀ ਇਹਨਾਂ ਦੀ ਚੀਜ਼ ਹੁੰਦੀ ਹੈ ਨਾ ਕੁਝ ਬਹੁਤ ਅੱਛੀ ਤਰ੍ਹਾਂ ਪੈਕਿੰਗ ਵੀ ਕੀਤੀ ਹੁੰਦੀ ਹੈ ਗਾਇਸ ਇੱਕ ਚੀਜ਼ ਦਾ ਨੋਟ ਦੱਸਦੀ ਅਸੀਂ ਇਹ ਸਾਡਾ ਬਾਹਰ ਦਾ ਖਾਣ ਦਾ ਲਾਸਟ ਮਹੀਨਾ ਨੇ ਠੀਕ ਹੈ ਹਨਾ ਮਾਦੀ ਮਈ ਜਿਹੜਾ ਉਹ ਇੱਕ ਆਖਰੀ ਮਹੀਨਾ ਹੈ ਜਿਸ ਵਿੱਚ ਅਸੀਂ ਬਾਹਰ ਦਾ ਸਮਾਨ ਖਾਵਾਂਗੇ ਉਸ ਤੋਂ ਬਾਅਦ ਅਸੀਂ ਬਹੁਤ ਲਿਮਿਟ ਕਰਦੇ ਨਾ ਮਤਲਬ ਕਿ ਮਹੀਨੇ ਵਿੱਚ ਕੋਈ ਇੱਕ ਐਸਾ ਦਿਨ ਆਏਗਾ ਜਿਸ ਵਿੱਚ ਅਸੀਂ ਖਾਵਾਂਗੇ ਠੀਕ ਹੈ ਮਹੀਨੇ ਵਿੱਚ ਇੱਕ ਐਸਾ ਦਿਨ ਮੰਗਾਇਆ ਸੀ ਦੋ ਬਰਗਰ ਔਰ ਯਾਰ ਚੀਜ਼ ਨੇ ਚਾਹ ਪੀ ਲਿੱਤੀ ਹੈ ਪਹਿਲੇ ਖਜੂਰ ਦੇ ਨਾਲ ਕਹਿੰਦੇ ਮੈਂ ਨਹੀਂ ਖਾਂਦੀ ਇਸਦੇ ਨਾਲ ਅਤੇ ਮੈਨੂੰ ਪਤਾ ਨਹੀਂ ਕਿਉਂ ਮਨ ਕਰ ਰਿਹਾ ਸੀ ਅੱਗੇ ਪਿੱਛੇ ਮੈਂ ਨਹੀਂ ਪੀਂਦੀ ਬਰਗਰ ਦੇ ਨਾਲ ਚਾਹ ਪਰ ਦੀਦੀ ਮੈਨੂੰ ਆ ਜੀ ਮਨ ਕੀਆ ਨਾ ਔਰ ਹਮਨੇ ਮੰਗਾਈ ਥੀ ਫਰਾਈ ਜਿਸ ਤਰ੍ਹਾਂ ਕਿ ਅਰਸ਼ੀ ਨੇ ਦੱਸਿਆ ਇਹ ਸਾਡਾ ਲਾਸਟ ਮਹੀਨਾ ਹੈ ਕਿਆ ਹੈ ਦੀਦੀ ਯਾਰ ਗਾਈਸ ਕਸਮ ਸੇ ਹੋਰ ਕਿਤੇ ਤੋਂ ਨਾ ਖਾਏ ਕਰੋ ਬਰਗਰ ਸਿੰਘ ਤੋਂ ਖਾਏ ਕਰੋ ਇੱਕ ਹੀ ਹੈ ਖੁਸ਼ਬੂਗਰ ਰੇਤ ਰੇਤ ਖਾਏਗੀ ਚੋਕੋਲਾਵਾ ਚੋਕੋਲਾਵਾ ਮੰਗਾਈ ਇਸਨੇ ਆਪਣੇ ਲਈ ਠੀਕ ਹੈ ਇਸ ਕਰਕੇ ਇਸ ਮੈਡਮ ਨੇ ਚਾਹ ਪਹਿਲੇ ਪੀ ਲਿੱਤੀ ਹੈ ਠੀਕ ਹੈ ਅੱਛਾ ਇਹ ਦੇਖੀ ਦੇਖੀ ਲੱਗਦੀ ਕਿੰਨੀ ਹਾਰਡ ਹਾਰਡ ਹੋਈ ਦੀ ਹੁੰਦੀ ਹੈ ਲੋਕਾਂ ਦੀ ਬ੍ਰਾਊਨੀਆਂ ਇਸ ਨੂੰ ਪਾਉਂਦੀ ਰਹਿੰਦੇ ਹੁੰਦੀਆਂ ਬਾਦੀ ਤੇ ਯਾਰ ਸਾਡੀ ਹੋ ਗਈ ਪੇਟ ਪੂਜਾ ਐਂਡ ਹੁਣ ਮੈਨੂੰ ਆ ਗਈ ਹੈ ਤਾਕਤ ਬੋਲਣ ਦੀ ਸ਼ਕਤੀ ਯਾਰ ਬੜਾ ਟੇਸਟੀ ਸੀ ਯਾਰ ਮਜ਼ਾ ਆ ਗਿਆ ਐਪਟ ਜਿੰਨੀ ਭੁੱਖ ਲੱਗੀ ਦੀ ਸੀ ਉਹ ਨਹੀਂ ਸੀ ਤੇ ਹੁਣ ਇਹ ਮੰਮਾ ਗਏ ਦਿਨ ਕਿਤੇ ਤੇ ਸਾਰਾ ਇੰਤਜ਼ਾਮ ਕਰਕੇ ਗਏ ਦਿਨ ਬਸ ਅਸੀਂ ਥੋੜੀ ਜਿਹੀ ਤੜਕਾ ਲਗਾਉਣਾ ਹੈ ਤੁਹਾਨੂੰ ਦੱਸਦੀ ਹਾਂ ਅੱਜ ਕੀ ਬਣ ਰਿਹਾ ਹੈ ਸਪੈਸ਼ਲ ਮਾਈ ਫੇਵਰੇਟ ਔਰ ਜਿਨ੍ਹਾਂ ਨੇ ਕੜੀ ਗੈਸ ਕੀਤੀ ਹੈ ਉਹ ਗਲਤ ਹਨ ਬਿਲਕੁਲ ਇਹ ਦੇਖੋ ਮੰਮਾ ਸਾਰਾ ਕਰਕੇ ਜਾਂਦੇ ਨੇ ਜੋ ਮਟੀਰੀਅਲ ਪੈਂਦਾ ਨਾ ਵਿੱਚ ਪਿਆਜ਼ ਪੂਰਾ ਕੱਟਕੇ ਗਏ ਦਿਨ ਪਿੰਡੀਆਂ ਬਣ ਰਹੀਆਂ ਗਾਈਸ ਰਾਤ ਨੂੰ ਸਿੱਖਾਂਗੇ ਚਪਾਤੀ ਤੇ ਪਿੰਡੀ ਬਟ ਇਹ ਕਿ ਮੰਮਾ ਸਭ ਕੁਝ ਕਰਕੇ ਜਾਂਦੇ ਨੇ ਬਸ ਮੇਰੇ ਕੋਲ ਤੜਕਾ ਲਗਾਉਣਾ ਹੈ ਕਿੰਨਾ ਸਾਰਾ ਕੰਮ ਹੈ ਛੋਟੂ ਜਿਹਾ ਇਨਫੈਕਟ ਕੜਾਈ ਵੀ ਕੜਕੇ ਜਾਂਦੇ ਨੇ ਕੜਛੀ ਵੀ ਕੜਕੇ ਜਾਂਦੇ ਨੇ ਇੰਨਾ ਕੌਣ ਕਰਦਾ ਯਾਰ ਆਲਮੋਸਟ ਹੋਏਗੀ ਇਹ ਥੋੜ੍ਹੀ ਦੇਰ ਤੱਕ ਪੂਰੀ ਬਣ ਜਾਏਗੀ ਹਲੇ ਗਲ ਰਹੀ ਹੈ ਕੱਚੀ ਹੈ ਥੋੜ੍ਹੀ ਥੋੜ੍ਹੀ ਮੈਂ ਕਿਹਾ ਚਲੋ ਸਿਮ 'ਤੇ ਰੱਖ ਦਿੰਦੇ ਹਾਂ ਕਰਨਾ ਪਿਆ ਜੂੜਾ ਕਿਉਂਕਿ ਇਹ ਗਰਮੀ ਵਿੱਚ ਨਾ ਗੁੱਤ ਕੀਤੀ ਤਾਂ ਹੁੰਦੀ ਹੈ ਬਾਲ ਥੱਲੇ ਲੱਗਦੇ ਨਾ ਅਤੇ ਬਹੁਤ ਜ਼ਿਆਦਾ ਮਤਲਬ ਇਰੀਟੇਸ਼ਨ ਹੁੰਦੀ ਹੈ ਖਾਸ ਕਰ ਲਈ ਕਿਚਨ ਵਿੱਚ ਹੋਵੋ ਨਾ ਮੈਂ ਕਿਹਾ ਚਲੋ ਜੂੜਾ ਕਰ ਦਿੰਦੇ ਹਾਂ ਪ੍ਰੋਬਲਮ ਥੋੜ੍ਹੀ ਨਾ ਜੂੜਾ ਕਰੋ ਤਾਂ ਫਿਰ ਗਰਦਨ ਦਰਦ ਜਾਂਦੀ ਹੈ ਕੀ ਕਰੀਏ ਇਤਨੀ ਸਾਰੀ ਪ੍ਰੋਬਲਮਸ ਹੈ ਗਾਈਸ ਮੇਰੀ ਗੱਲ ਨਹੀਂ ਮੰਨ ਰਹੀ ਅਤੇ ਇਹ ਇੱਥੇ ਚੈਲੰਜ ਕਰਨ ਜਾ ਰਹੀ ਹੈ ਇੱਕ ਮੈਂ ਇਸ ਨੂੰ 10 ਵਾਰੀ ਮਨਾ ਕਰ ਗਈ ਹਾਂ ਬਟ ਇਹ ਮੰਨੇ ਨਹੀਂ ਕਰਦੀ ਕਹਿੰਦੀ ਕੁਛ ਨਹੀਂ ਹੁੰਦਾ ਕਹਿੰਦੀ ਲੋਕ ਤੇ ਪ੍ਰੈਂਕਸ ਕਰਦੇ ਨੇ ਇਹਦੇ ਵਿੱਚ ਹੈ ਹੀਲੀਅਮ ਗੈਸ ਬਲੂਨ ਦੇ ਵਿੱਚ ਹੈ ਹੀਲੀਅਮ ਗੈਸ ਅਤੇ ਇਹ ਕਹਿੰਦੀ ਹੈ ਥੋੜ੍ਹੀ ਜਿਹੀ ਮੈਂ ਇਨਹੇਲ ਕਰਕੇ ਦੇਖਾਂਗੀ ਕਿਉਂਕਿ ਅਸੀਂ ਸੁਣਿਆ ਤਾਂ ਕਿ ਉਸਦੇ ਨਾਲ ਆਵਾਜ਼ ਚੇਂਜ ਹੋ ਜਾਂਦੀ ਹੈ ਥੋੜ੍ਹੀ ਦੇਰ ਵਾਸਤੇ ਜੋ ਭਰਾਈਆਂ ਸਨ ਸਾਰੀ ਹੀਲੀਅਮ ਗੈਸੀ ਸਨ ਅਤੇ ਹੁਣ ਇਸਨੂੰ ਪਤਾ ਨਹੀਂ ਕੀ ਸ਼ੌਂਕ ਚੜ ਗਿਆ ਦਾ ਅਰਸ਼ੀ ਨਾ ਕਰ ਅਰਸ਼ੀ ਅਰਸ਼ੀ ਨਾ ਕਰ ਅਰਸ਼ੀ ਪਲੀਜ਼ ਨਾ ਮੈਨੂੰ ਡਰ ਲੱਗ ਰਿਹਾ ਯਾਰ ਅਰਸ਼ੀ ਗਾਈਸ ਦੇਖਦੇ ਹਾਂ ਬਾਕੀ ਵਰਕ ਕਰਦਾ ਕਿ ਨਹੀਂ ਅਰਸ਼ੀ ਦੀ ਆਵਾਜ਼ ਚੇਂਜ ਹੋਏਗੀ ਕਿ ਨਹੀਂ ਆ ਰਹੀ ਅੰਦਰ ਅਰਸ਼ੀ ਨਹੀਂ ਕਰ ਯਾਰ ਪਲੀਜ਼ ਯਾਰ ਨਹੀਂ ਕਰ ਮੈਨੂੰ ਡਰ ਲੱਗ ਰਿਹਾ ਹਾਏ ਹੈਲੋ ਨਹੀਂ ਹੋਈ ਚੇਂਜ ਹੈਲੋ ਹੈਲੋ ਉਹ ਦੋ ਹੋਰ ਪਕੜਾ ਪਾਗਲ ਹੈ ਕਿ ਅਰਸ਼ੀ ਨਹੀਂ ਕਰਨੀ ਚਾਹੀਦਾ ਇਸ ਤਰ੍ਹਾਂ ਜ਼ਿਆਦਾ ਗੈਸ ਪੀਣੀ ਪੈਂਦੀ ਹੈ ਮੈਨੂੰ ਲੱਗਦਾ ਉਹ ਪਾਗਲ ਜ਼ਿਆਦਾ ਕੁਆਂਟਿਟੀ ਵਿੱਚ ਕੁਝ ਹੁੰਦਾ ਹੋਏਗਾ ਉਸਦੇ ਵਿੱਚ ਇਹਨਾਂ ਕੋਲ ਇੰਨਾ ਨਹੀਂ ਹੁੰਦਾ ਹੋਏਗਾ ਨਾ ਨਾ ਸੇਮ ਹੁੰਦੀ ਹੈ ਦੇ ਨਹੀਂ ਕਰਨੀ ਯਾਰ ਤੂੰ ਪਾਗਲ ਹੈ ਕਿ ਇੱਕ ਵਾਰ ਚਲੇ ਇੱਕ ਕਰਕੇ ਦੇਖ ਲੈਂਦੇ ਆ ਇੱਕ ਵਾਰ ਅਰਸ਼ੀ ਯਾਰ ਨਹੀਂ ਕਰ 1 ਮਿੰਟ ਦੇ ਇੱਕ ਕਰਕੇ ਦੇਖ ਲੈਂਦੇ ਆ ਹੀਲੀਅਮ ਇਜ਼ ਓਕੇ ਉਹਨ ਪੀ ਕੇ ਤੇ ਬੋਲਦੀ ਸਰ ਪਾਗਲ ਜੇ ਪੁੱਠੇ ਪੁੱਠੇ ਕੰਮ ਕਰਦੀ ਹੈ ਚਲੇ ਤੂੰ ਉਹ ਕੱਖ ਨਹੀਂ ਹੁੰਦਾ ਯਾਰ
ਕੱਖ ਨਹੀਂ ਹੁੰਦਾ। ਬੋਲ ਰਹੀ ਦੋ ਬਲੂਨ ਹੋਰ ਦੇ, ਮੈਂ ਆਪਣੀ ਆਵਾਜ਼ ਚੇਂਜ ਕਰਨੀ। ਇਸਨੂੰ ਪਤਾ ਕਦੋਂ ਦਾ ਚਸਕਾ ਪਿਆ ਡਾਕਟਰ ਨੂੰ ਦੱਸ ਕੇ ਆ ਗਈ, ਉਹਨਾਂ ਨੂੰ ਥਰੋਟ ਵਿੱਚ ਥੋੜੀ ਇਨਫੈਕਸ਼ਨ ਆਈ ਦੀ ਹੈ ਤੇ ਉਹ ਬੋਲ ਰਹੇ ਸਨ ਕਿ ਉਹ ਡਾਕਟਰ ਬੈਠੇ ਦੇ ਗੋਲ ਮਾਰਕੀਟ ਗਾਂਧੀ ਨਗਰ ਤੇ ਮੈਂ ਦੱਸ ਕੇ ਹੀ ਆਉਂਦੀ ਹਾਂ, ਫਿਰ ਵਾਰ ਵਾਰ ਇਸ ਤਰ੍ਹਾਂ ਜਾਣ ਨਹੀਂ ਹੁੰਦਾ। ਤੇ ਮੀਨ ਵਾਈਲ ਮੈਂ ਤੇ ਅਰਸ਼ੀ ਨੇ ਸੋਚਿਆ ਸੀ ਕਰਦੇ ਹਾਂ ਡਿਨਰ ਦੀ ਪ੍ਰਿਪਰੇਸ਼ਨ। ਚਟਨੀ ਵੀ ਲੈ ਕੇ ਆਏ, ਸੈਲਡ ਵਗੈਰਾ ਵੀ ਹੋ ਗਿਆ, ਭਿੰਡੀ ਵੀ ਬਣਨੀ ਗਈ ਤੇ ਬਸ ਫਿਰ ਇਹੀ ਸਭ ਕਰਨਾ। ਮੈਂ ਸੋਚ ਰਹੀ ਸਾਂ ਕਿ ਅੱਗੇ ਵਲੌਗ ਕੰਟੀਨਿਊ ਕਰਾਂਗੀ, ਬਟ ਕੁਛ ਫਾਇਦਾ ਨਹੀਂ ਹੈ ਕਿਉਂਕਿ ਸਵਾ ਨੌ ਹੋ ਹੀ ਗਏ ਤੇ ਹੁਣ ਡਿਨਰ ਹੀ ਹੋਏਗਾ, ਔਰ ਤਾਂ ਕੁਛ ਹੋਏਗਾ ਨਹੀਂ। ਤੇ ਅੱਜ ਦਾ ਵਲੌਗ ਫਿਰ ਇੱਥੇ ਹੀ ਐਂਡ ਕਰਦੇ ਹਾਂ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਏਗਾ, ਪਸੰਦ ਆਇਆ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਬਸਕ੍ਰਾਈਬ ਸਪੋਰਟ ਕਰਨਾ ਬਿਲਕੁਲ ਨਾ ਭੁੱਲਿਓ। ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ, ਤਦ ਤੱਕ ਲਈ ਖੁਸ਼ ਰਹੀਏ, ਖੁਸ਼ ਰੱਖੀਏ, ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ। ਅਤੇ ਗਾਈਜ਼, ਜੋ ਜੋ ਅਸੀਂ ਤੁਹਾਨੂੰ ਅੱਜ ਚੀਜ਼ਾਂ ਦੱਸੀਆਂ ਉਹ ਤੁਸੀਂ ਮੰਗਾ ਸਕਦੇ ਹੋ ਅਗਰ ਤੁਹਾਨੂੰ ਠੀਕ ਲੱਗਦੀਆਂ, ਕਿਉਂਕਿ ਮੈਂ ਉਸ ਅਕੋਰਡਿੰਗ ਮੰਗਾ ਰਹੀ ਹਾਂ। ਮੈਂ ਪੂਰੀ ਲਿਸਟ ਬਣਾਈ ਦੀ ਹੈ ਅਤੇ ਜੋ ਜੋ ਮੈਨੂੰ ਰੈਲੀਵੈਂਟ ਲੱਗ ਰਿਹਾ ਮੈਂ ਮੰਗਾਉਂਦੀ ਜਾ ਰਹੀ ਹਾਂ। ਅਤੇ ਜੋ ਵੀ ਤੁਹਾਨੂੰ ਅੱਜ ਚੀਜ਼ਾਂ ਦੱਸੀਆਂ, ਸੂਟ ਤਾਂ ਮੈਂ ਚਲੋ ਦੱਸ ਨਹੀਂ ਪਾਈ ਪਰ ਦੱਸ ਦਿੱਤਾ ਕਿੱਥੋਂ ਹਾਲੇ ਤੱਕ ਪਰਚੇਜ਼ ਕੀਤੇ ਨੇ, ਬਾਕੀ ਜਿੱਥੋਂ ਜਿੱਥੋਂ ਕਰਾਂਗੇ ਤੁਹਾਨੂੰ ਦੱਸਦੇ ਜਾਵਾਂਗੇ। ਐਂਡ ਜੋ ਔਨਲਾਈਨ ਮੈਂ ਸਮਾਨ ਮੰਗਾਇਆ ਨਾਇਕਾ ਤੋਂ ਉਹ ਵੀ ਤੁਹਾਨੂੰ ਦੱਸ ਦਿੱਤਾ, ਹੋ ਸਕਦਾ ਤੁਹਾਡੇ ਵੀ ਕੰਮ ਆ ਜਾਏ। ਅਤੇ ਸਾਰਾ ਸਮਾਨ ਨਹੀਂ ਮੰਗਾਇਆ ਅਸੀਂ, ਮਤਲਬ ਅਲੱਗ ਅਲੱਗ ਹੀ ਆ, ਡਿਵਾਈਡ ਕਰਕੇ ਰੱਖਦੇ ਹਾਂ ਕਿ ਇੱਕ ਇੱਕ ਸੇਲ 'ਤੇ ਮੰਗਾਵਾਂਗੇ, ਇੱਕ ਇੰਡੀਪੈਂਡੈਂਸ ਡੇ ਸੇਲ 'ਤੇ ਮੰਗਾਵਾਂਗੇ, ਇੱਕ ਕੁਝ ਸਮਰ ਸੇਲ 'ਤੇ ਮੰਗਾਵਾਂਗੇ। ਕਿਉਂਕਿ ਅਪਕਮਿੰਗ ਮੈਂ ਸੁਣਿਆ ਕਿ ਜੁਲਾਈ ਵਾਲੀ ਜਿਹੜੀ ਸੇਲ ਹੁੰਦੀ ਹੈ ਨਾਇਕਾ ਦੀ ਸਭ ਤੋਂ ਵੱਡੀ ਹੁੰਦੀ ਹੈ, ਕਿਉਂਕਿ ਨੋਰਮਲ ਬ੍ਰਾਂਡਸ 'ਤੇ ਸੇਲ 'ਤੇ ਲੱਗਦੀ ਰਹਿੰਦੀ ਹੈ, ਪੇ ਡੇ ਸੇਲ ਵਗੈਰਾ ਇਹ, ਬਟ ਜੋ ਹਾਈ ਬ੍ਰਾਂਡਸ ਹੁੰਦੇ ਨੇ ਉਹਨਾਂ 'ਤੇ ਸਿਰਫ ਸਪੈਸੀਫਿਕ ਸੇਲਸ 'ਤੇ ਹੀ ਮਿਲਦਾ ਡਿਸਕਾਊਂਟ। ਜਿਸ ਤਰ੍ਹਾਂ ਹੂਡਾ ਬਿਊਟੀ ਵਗੈਰਾ ਹੋ ਗਏ ਤਾਂ ਉੱਥੇ ਸਪੈਸੀਫਿਕ ਸੇਲ 'ਤੇ ਹੀ ਦਿੰਦੇ ਨੇ। ਇਸ ਕਰਕੇ ਸਮਾਨ ਮੈਂ ਲਿਸਟ ਵਗੈਰਾ ਬਣਾ ਦਿੱਤੀ ਦੀ ਹੈ, ਉਹ ਕੰਮ ਹੋ ਗਿਆ ਕਿ ਕੀ ਲੈਣਾ ਤੇ ਬਸ ਫਿਰ ਮੰਗਾਉਣ ਵਾਲਾ ਰਹਿ ਗਿਆ ਵਾਸਤੇ ਵਾਸਤੇ ਮੰਗਾਉਂਦੇ ਜਾਣਗੇ। ਤੇ ਹੋ ਸਕਦਾ ਤੁਹਾਡੀ ਵੀ ਕੋਈ, ਤੁਹਾਨੂੰ ਵੀ ਕੋਈ ਹੈਲਪ ਮਿਲ ਜਾਏ ਕਿ ਇਹ ਚੀਜ਼ਾਂ ਕੰਮ ਆ ਸਕਦੀਆਂ ਤੇ ਤੁਸੀਂ ਵੀ ਮੰਗਾ ਲਓ। ਤੇ ਬਸ ਅੱਜ ਦਾ ਵਲੌਗ ਇਸ ਤਰ੍ਹਾਂ ਹੀ ਸੀ।